ਨਵੀਂ ਨਵੀਂ ਜਵਾਨੀ ਜਿਹੜੀ ਸਾਡੇ ਨੇੜੇ 15-16 ਸਾਲਾਂ ਦੇ ਟੱਪੇ ਸੀ ਤੇ ਇੱਕ ਦਿਨ ਨਾ ਕਣਕ ਦੇ ਵੱਢਦੀ ਆਉਣੀ ਕਰਦੇ ਸੀ ਜੀ, ਪੇਠੇ ਬੀਜਦੇ ਸੀ, ਰਾਤ ਨੂੰ ਆਉਣੀ ਕਰਦੇ ਸੀ ਰਾਹ ਦੇ ਪਿੰਡ, ਬੈਟਰੀ ਜਗਦੀ ਵੇਖ ਕੇ ਪਿੰਡ ਦੇ 2-4 ਯਾਰ ਉਹ ਵੀ ਰਾਤ ਨੂੰ ਇਕੱਠੇ ਹੋ ਗਿਆ ਗਿਆ, ਉਹਦੇ 2-4 ਟਰੈਕ ਲੱਗੇ ਹੋਏ ਸੀ ਪਹਿਲਾਂ, ਅਸੀਂ ਕੰਮ ਕਰੀਏ ਉਹ ਕੋਲ ਬੈਠੇ ਠੀਕ ਹੈ, ਜ਼ਿਆਦਾ ਸ਼ਰਾਬੀ ਹੋ ਗਿਆ, ਉਹ ਕੂਕਾ ਮਾਰਨ ਲੱਗ ਪਿਆ, ਹਾਂ ਇੱਦਾਂ ਹੋਰ ਮਾਰੋ ਇੱਦਾਂ। ਹੁਣ ਅਗਲੀ ਗੱਲ ਸੁਣੋ, ਜਿਹੜੇ ਪਿੰਡ ਦੇ ਸਰਪੰਚ ਸਾਹਿਬ ਸੀ ਉਹ ਮੇਰੇ ਦੋਸਤ ਦੇ ਚਾਚਾ ਜੀ ਸੀ, ਉਹ ਕੂਕਾ ਸੁਣ ਕੇ ਪਿੰਡੋਂ ਆ ਗਿਆ ਵੀ ਪਤਾ ਨਹੀਂ ਮੁੰਡਿਆਂ ਨੂੰ ਕੀ ਪ੍ਰੋਬਲਮ ਹੋ ਗਈ ਹੋਈ। ਜਦੋਂ ਤੁਰੇ ਆਉਣ ਤੇ ਮੇਰਾ ਦੋਸਤ ਕਹਿੰਦਾ ਉਹ ਪੰਗਾ ਪੈ ਗਿਆ, ਕਹਿੰਦਾ ਚਾਚਾ ਤੁਰਿਆ ਆਉਂਦਾ ਹੁਣ ਸਾਡੀ ਛਿੱਤਰ ਪਰੇਡ ਵੀ ਹੋਣੀ ਆ ਤੇ ਗਾਣਾ ਵੀ ਪੈਣੀ, ਕਹਿੰਦਾ ਚੰਗੇ ਰਵਾਂਗੇ, ਅਸੀਂ ਕਹਿਣਾ ਵੀ ਨਾਲ ਦੇ ਕਮਾਲ ਦੇ ਵਿੱਚ ਜਿੱਦਣ ਕੂਕਾ ਮਾਰਦੇ ਸੀ, ਪਰ ਜਿਹੜਾ ਅਸਲ ਪੰਜਾਬੀ ਕਹਿੰਦਾ ਸੁਣ ਓਏ, ਚਾਹੇ ਤੇਰਾ ਚਾਚਾ ਹੁਣ ਛਿੱਤਰ ਪਰੇਡ ਕਰੇ ਚਾਹੇ ਗਾਣਾ ਕੱਢੇ, ਕੂਕਾ ਸ਼ੇਰ ਹੀ ਮਾਰਦੇ ਸੀ। ਮੱਲੋ ਮੱਲੀ ਮੋ